फरीदा जोवन जांदे ना डरा जे सह प्रीत न जाए किती जोवन प्रीत बिन सुख गए कमलाए। जोवन चलिया जावे शरीर चलिया जावे कोई परवाह नहीं पर मेरी प्रीति ना टुटे। सिख दी प्रीति गुरु दे नालो पात रवदास जी महाराज कथन करदे हन कहां पयो जो तन पयो शिन शिन प्रीत जाए तो डर पे तेरो जा। शरीर टुकड़े टुकड़े हो जावे ना कोई परवाह नहीं पर सब तो वड्डा दोखा गुरु नालो प्रीति टुटण दा। जे सिख दी गुरु नालो प्रीति टुट गई ना ते कुछ नहीं रहिंदा जन्म तां फेर मिल जाना। प्रीति टुट गई फेर नहीं कुछ बनना जे प्यार टुट गया ते हुण कलगी धा दे नाल प्यार तां ही रहूना जे आपां पंजे ककां विच पूरे रहांगे। जे कलगी नाल तां नाल प्यार तोड़ के ते शराब नाल प्यार पा लिया शराब पी ली सिखी किले ते टंगती मीट खा लिया रोमा दी बेदबी फिर करगी धर नाल प्यार ना रहा। जिदे मन विच प्यार आता कहना शरीर चलिया जाए कोई परवाह नहीं पर मेरी प्रीति ना टुटे। सिख दी प्रीति गुरु नाल ना टुटे भावे शरीर चलिया जावे सिर चलिया जावे कोई परवाह नहीं। अज दा तां कम उल्ट हो जांदा ना कहिंदे प्रीति टुट जावे कई टुट जाए पर किते शराब ना चली जावे। जे मुक्ति मिले वो ना चली जावे कहिंदा प्रीति दा कोई डर नहीं फेर पा लांगे। ते अजकल तां प्रीति बस ऐसे कम दियां लाला डिग पैंदियां देख के उदों ही साध संगत जिदी कलगी धारना प्रीति बंद बंद कटवा ले लाल दिते गए नवाबियां दे राजकुमारियां दे बेगमां दे पर ठोकरां मारियां कहण लगे सानू प्रीति चाहिदी है प्रीति ते सानू राजभाग नहीं चाहिदा वजीरियां नहीं चाहिदियां। ते अज तां साध संगत वजीरियां चाहिदियां गुरु दी प्रीति नहीं चाहिए। टुट जावे तां कोई टुट जावे किसे कुछ पवे देखी जाओ फिर अज उल्ट पुल्ट हो गया कम। पर सत्संग जी दे मन विच कलगी धर दा प्यार आ ना ओह नहीं तोड़दा चाहे लख तकलीफ आउण कष्ट चलणे पैण पर ओह कहिंदा सिखी मेरी केसा सवासा संग निभ जावे। सिर जावे तां जावे मेरा सिखी सिर बिना जावे Thank you.
ਸਿੱਖੀ ਪਿਆਰੀ ਆ ਸਿਰ ਨੀ ਪਿਆਰਾ ਸਿਰ ਚਲਿਆ ਜਾਵੇ ਕੋਈ ਪਰਵਾਹ ਨੀ ਮੀਰ ਮਨੂ ਦੀ ਜੇਲ ਦੇ ਵਿਚ ਜੇ ਸਮੇਂ ਇਹੋ ਜਿਹਾ ਸਮਾਂ ਆ ਗਿਆ ਸਿੱਖ ਦਰਿਆਵਾਂ ਦੇ ਕਿਨਾਰੇ ਆਪਣੀ ਜ਼ਿੰਦਗੀ ਬਤੀਤ ਕਰਦੇ ਜੰਗਲਾਂ ਦੇ ਵਿਚ ਲੁਕ ਛਿਪ ਕੇ ਗਿਣਤੀ ਦੇ ਸਿੱਖ ਰਹਿ ਗਏ ਤੇ ਪਿੰਡਾਂ ਵਿਚੋਂ ਫੌਜਾਂ ਸਿਪਾਹੀ ਕੀ ਕਰਦੇ ਸਿੱਖਾਂ ਦੇ ਪਰਿਵਾਰਾਂ ਨੂੰ ਫੜ ਕੇ ਲੈ ਜਾਂਦੇ ਬੱਚੀਆਂ ਨੂੰ ਘਰ ਵਾਲੀਆਂ ਲੜਕੀਆਂ ਨੂੰ ਜੇਲ੍ਹ ਵਿਚ ਬੰਦ ਕਰ ਦਿੰਦੇ ਲੜਕੀਆਂ ਨੂੰ ਬੀਬੀਆਂ ਨੂੰ ਸਵਾ ਸਵਾ ਮਣ ਪੀਣਾ ਦਿੰਦੇ ਵੀ ਪੀਓ ਆਟਾ ਪੀਓ ਤੁਸੀਂ ਤੇ ਉਹ ਵਿਚਾਰੀਆਂ ਭਾਣੇ ਵਿਚ ਅੱਧੀ ਅੱਧੀ ਰੋਟੀ ਖਾਣ ਨੂੰ ਅੱਠੀ ਪਹਿਰੀ ਮਿਲਦੀ ਤਰਸਦੀਆਂ ਨੂੰ ਪਾਣੀ ਦੀ ਘੁੱਟ ਤੇ ਸਿਪਾਹੀ ਚਾਂਬੜੇ ਹੋਏ ਮੀਰ ਮਨੂ ਦੇ ਕੀ ਕਰਿਆ ਕਰਨ ਉਹ ਬੱਚੇ ਰੋਇਆ ਕਰਨ ਕਿਉਂਕਿ ਜਦ ਮਾਵਾਂ ਨੂੰ ਰੋਟੀ ਨਹੀਂ ਮਿਲਦੀ ਦੁੱਧ ਕਿੱਥੋਂ ਆਵੇ ਰੋਇਆ ਕਰਨ ਕਿਉਂ ਕਿਹਾ ਕਰਨ ਕਿਵੇਂ ਕਾਫਰਾਂ ਦੇ ਬੱਚੇ ਰੋਂਦੇ ਆ ਨਾ ਪੈਰ ਤੋਂ ਫੜ ਕੇ ਉੱਪਰ ਨੂੰ ਸੁੱਟਦਿਆ ਕਰਨ ਬੱਚਿਆਂ ਨੂੰ ਜਦ ਹੇਠਾਂ ਡਿੱਗਿਆ ਕਰਨ ਵਰਸ਼ਾ ਲਾ ਦਿਆ ਕਰਨ ਵੇਦੀ ਨਿਗਾ ਦਿਆ ਕਰਨ ਤੇ ਫਿਰ ਬੱਚਿਆਂ ਨੂੰ ਇਸ ਤਰ੍ਹਾਂ ਪਰੋ ਕੇ ਉਹਨਾਂ ਨੂੰ ਟੁਕੜੇ ਟੁਕੜੇ ਕਰਕੇ ਉਹਨਾਂ ਦੀਆਂ ਝੋਲੀਆਂ ਚ ਪਾ ਦਿੰਦੇ ਕਹਿਣਗੇ ਸਿੱਖੀ ਲੈਣੀ ਆ ਕਿ ਮੌਤ ਉਹ ਕਹਿੰਦੀਆਂ ਮੌਤ ਤਾਂ ਸਾਨੂੰ ਚਾਹੀਦੀ ਸਿੱਖੀ ਨੀ ਛੱਡਣੀ ਸਿੱਖੀ ਨੀ ਛੱਡਣੀ ਸਵਾ ਸਵਾ ਮਣ ਪੀਸਣੇ ਪੀਸੇ ਬੜੇ ਕਸ਼ਟ ਚੱਲੇ ਤੇ ਕਸ਼ਟ ਵਿਚ ਰਹਿ ਕੇ ਭਾਣੇ ਨੂੰ ਮੰਨਦੀਆਂ ਹੋਈਆਂ ਕਲਗੀ ਧਰ ਦੀ ਸਿੱਖੀ ਨੀ ਛੱਡੀ ਇੰਨੇ ਕਸ਼ਟ ਚੱਲੇ ਤੇ ਇਹ ਉਹਨਾਂ ਦਾ ਵਚਨ ਸੀ ਉਸ ਸਮੇਂ ਕਹਾਵਤ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੜਦਾ ਤਿਉਂ ਤਿਉਂ ਦੂਣ ਸਵਾਏ ਹੋਏ ਵੀ ਮੰਨੂ ਤਾਂ ਸਾਡੀ ਦਾਤਰੀ ਆ ਵਜਣ ਵਾਸਤੇ ਅਸੀਂ ਸੋਏ ਆ ਸੋਏ ਕਿਹੋ ਜਿਹਾ ਪੌਦਾ ਉਹਨੂੰ ਵੱਢੀ ਜਾ ਹੋਰ ਫੁੱਟੀ ਦਾ ਜ਼ਿਆਦਾ ਇਸੇ ਤਰ੍ਹਾਂ ਸਿੱਖਾਂ ਨੂੰ ਜਿਉਂ ਜਿਉਂ ਸਮੇਂ ਦੀਆਂ ਹਕੂਮਤਾਂ ਡੰਡ ਦਿੰਦੀਆਂ ਸਰਕਾਰਾਂ ਮਾਰਨਾ ਖਤਮ ਕਰਦੀਆਂ ਤਿਉਂ ਤਾਂ ਸਿੱਖ ਵਧੀ ਜਾਂਦਾ ਇਹ ਨੀ ਮਰਦਾ ਕਿਉਂਕਿ ਕਲਗੀਧਰ ਨੇ ਐਸਾ ਅੰਬਰ ਦਾ ਛਿੱਟਾ ਦੇ ਤਾ ਤੇ ਜਿਹੜੀ ਅਮਰ ਹੋ ਜਾਂਦੀ ਚੀਜ਼ ਉਹ ਕਦੇ ਮਰਦੀ ਨੀ ਅੰਮ੍ਰਿਤ ਪੀ ਕੇ ਅਮਰ ਹੋ ਜਾਏਗਾ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਧ ਅਨੰਤਾ ਜਿਹੜਾ ਅਮਰ ਹੋ ਗਿਆ ਉਹ ਕਿਵੇਂ ਮਰਜੂ ਇਹ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਅ ਦੇ ਕੇ ਖਾਲਸੇ ਨੂੰ ਅਮਰ ਕਰਤਾ ਜਿਵੇਂ ਜਿਵੇਂ ਇਹਨਾਂ ਨੂੰ ਕਸ਼ਟ ਦਿੱਤੇ ਜਾਂਦੇ ਮਾਰਿਆ ਜਾਂਦਾ ਤਿਉਂ ਤਿਉਂ ਖਾਲਸਾ ਪੰਥ ਵਧੀ ਜਾਂਦਾ ਮੁੱਕਣ ਵਾਲਾ ਨੀ ਬਾਣ ਧਰਮ ਦੀ ਕਦੇ ਨਾ ਪਈ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਧ ਅਨੰਤਾ ਜਿਹੜਾ ਅਮਰ ਹੋ ਗਿਆ ਉਹ ਕਿਵੇਂ ਮਰਜੂ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਅ ਦੇ ਕੇ ਖਾਲਸੇ ਨੂੰ ਅਮਰ ਕਰਤਾ ਜਿਵੇਂ ਜਿਵੇਂ ਇਹਨਾਂ ਨੂੰ ਕਸ਼ਟ ਦਿੱਤੇ ਜਾਂਦੇ ਮਾਰਿਆ ਜਾਂਦਾ ਤਿਉਂ ਤਿਉਂ ਖਾਲਸਾ ਪੰਥ ਵਧੀ ਜਾਂਦਾ ਮੁੱਕਣ ਵਾਲਾ ਨੀ ਬਾਣ ਧਰਮ ਦੀ ਕਦੇ